हेलो गाइस, दिस इज जगराज। वेलकम टू माय यूट्यूब चैनल इंग्लिश हिंग्लिश। सो अज असी गल करांगे ओ सेंटेंसेस जां वर्ड्स दे बारे विच जिहड़े असी डेली रूटीन विच बोलदे हां, मींस हर रोज अपनी लाइफ विच बोलदे हां। तो चलो उहनां बारे जानकारी लैंदे हां, चलो स्टार्ट करदे हां, लेट्स बिगिन। ਤੁਸੀਂ ਕਈ ਵਾਰ ਦੇਖਿਆ ਹੋਏਗਾ, ਕਈ ਵਾਰੀ ਆਪਾਂ ਲਾਈਨ ਵਿੱਚ ਖੜੇ ਹੁੰਦੇ ਹਾਂ, ਜਾਂ ਫਿਰ ਮੰਨ ਲਓ ਏਟੀਐਮ ਵਿੱਚੋਂ ਪੈਸੇ ਨਿਕਲਵਾਉਣੇ ਹੁੰਦੇ ਆ, ਜਾਂ ਫਿਰ ਕੋਈ ਰੂਮ ਵਿੱਚ ਮੀਨਸ ਕਮਰੇ 'ਚ ਪਹਿਲਾਂ ਕੋਈ ਐਂਟਰ ਕਰਨ ਲੱਗਦਾ ਹੈ, ਜਿਵੇਂ ਇਕੱਠੇ ਚਲੇ ਜਾ ਰਹੇ ਹੁੰਦੇ ਆ, ਅਤੇ ਕਿਸੇ ਨੂੰ ਤੁਸੀਂ ਇਹ ਕਹਿਣਾ ਹੋਏ ਕਿ ਚਲੋ ਆ ਜਾਓ, ਪਹਿਲੇ ਤੁਸੀਂ ਆ ਜਾਓ ਅੱਗੇ, ਜਾਂ ਫਿਰ ਮੰਨ ਲਓ ਜਿਵੇਂ ਤੁਸੀਂ ਗੋਲ ਗੱਪੇ ਖਾ ਰਹੇ ਹੋ, ਤਾਂ ਗੋਲ ਗੱਪੇ ਖਾਂਦੇ ਖਾਂਦੇ ਤੁਸੀਂ ਮਤਲਬ ਉਹ ਜਿਹੜਾ ਗੋਲ ਗੱਪੇ ਵਾਲਾ ਹੁੰਦਾ ਹੈ ਉਹ ਤੁਹਾਨੂੰ ਇੱਦਾਂ ਗੋਲ ਗੱਪਾ ਦਿੰਦਾ ਹੈ, ਲੇਕਿਨ ਆਪ ਕਹਿੰਦੇ ਕਿ ਨਹੀਂ ਤੁਸੀਂ ਰਹਿਣ ਦਿਓ, ਮਤਲਬ ਅਗਲੇ ਜੋ ਵਿਅਕਤੀ ਤੁਹਾਡੇ ਲਾਗੇ ਕੋਈ ਸੀਨੀਅਰ ਹੁੰਦਾ ਜਾਂ ਤੁਹਾਡੇ ਤੋਂ ਵੱਡਾ ਹੁੰਦਾ, ਜਾਂ ਫਿਰ ਤੁਸੀਂ ਜਿਹਨੂੰ ਪਹਿਲਾਂ ਕਹਿਣਾ ਹੁੰਦਾ, ਤੁਸੀਂ ਕਹਿੰਦੇ ਨਹੀਂ ਮੈਂ ਬਾਅਦ ਵਿੱਚ ਲੈ ਲੂੰਗਾ, ਪਹਿਲਾਂ ਤੁਸੀਂ ਲੈ ਲਓ। ਤੋ ਇਹੋ ਜਿਹੀਆਂ ਗੱਲਾਂ ਕਈ ਵਾਰੀ ਤੁਹਾਨੂੰ ਕਹਿਣੀਆਂ ਪੈਂਦੀਆਂ ਨੇ, ਤੇ ਜਦੋਂ ਇਹ ਗੱਲ ਕਹਿਣੀ ਹੋਏ ਕਿ ਪਹਿਲੇ ਆਪ ਮੀਨਸ ਪਹਿਲਾਂ ਤੁਸੀਂ ਇਹ ਕੰਮ ਕਰ ਲਓ, ਤਾਂ ਤੁਸੀਂ ਕਹਿੰਦੇ ਜੀ ਆਫਟਰ ਯੂ। ਕੀ ਬੋਲਾਂਗੇ? ਆਫਟਰ ਯੂ। ਮੰਨ ਲਓ ਜਿਵੇਂ ਰੂਮ ਵਿੱਚ ਕੋਈ ਐਂਟਰ ਹੁੰਦਾ ਹੈ, ਕਮਰੇ ਦੇ ਵਿੱਚ ਜਾਂਦਾ ਹੈ, ਤੋ ਕਮਰੇ ਦਾ ਤੁਸੀਂ ਡੋਰ ਓਪਨ ਕਰਦੇ ਹੋ, ਨਾਲ ਹੀ ਤੁਸੀਂ ਉਹਨੂੰ ਕਹਿ ਦਿੰਦੇ ਜੀ ਕਿ ਚਲੋ ਆਓ, ਪਹਿਲੇ ਤੁਸੀਂ ਆਓ, ਤੋ ਬੋਲੇਂਗੇ ਆਫਟਰ ਯੂ। ਕੀ ਬੋਲਾਂਗੇ? ਆਫਟਰ ਯੂ। ਜਾਂ ਫਿਰ ਮੰਨ ਲਓ ਤੁਸੀਂ ਚਾਹ ਪੀਣ ਲੱਗੇ ਜੇ, ਤੇ ਚਾਹ ਪੀਂਦੇ ਕਈ ਵਾਰੀ ਕਹਿਣਾ ਪੈਂਦਾ ਹੈ ਕਿ ਉਹ ਕਹਿੰਦੇ ਕਿ ਨਹੀਂ ਆ ਤੁਸੀਂ ਪੀਓ ਚਾਹ, ਤੋ ਤੁਸੀਂ ਕਹਿੰਦੇ ਕਿ ਨਹੀਂ ਨਹੀਂ ਮੈਂ ਬਾਅਦ 'ਚ ਪੀ ਲਾਂਗਾ, ਕੋਈ ਗੱਲ ਨਹੀਂ ਪਹਿਲੇ ਤੁਸੀਂ ਪੀਓ। ਤੋ ਜਦੋਂ ਤੁਸੀਂ ਕਹਿਣਾ ਹੁੰਦਾ ਹੈ ਕਿ ਪਹਿਲੇ ਆਹ ਕੰਮ ਤੁਸੀਂ ਕਰੋ, ਤਾਂ ਤੁਸੀਂ ਕਹਿੰਦੇ ਜੇ ਆਫਟਰ ਯੂ। ਕੀ ਬੋਲਾਂਗੇ? ਆਫਟਰ ਯੂ। ਕਿਉਂਕਿ ਵੈਸੇ ਪੰਜਾਬੀ ਵਿੱਚ ਬੋਲਾਂਗੇ ਤਾਂ ਆਪਾਂ ਬੋਲਾਂਗੇ ਪਹਿਲੇ ਆਹ ਕੰਮ ਤੁਸੀਂ ਕਰੋ, ਲੇਕਿਨ ਅਗਰ ਤੁਸੀਂ ਹੁਣ ਇਹਨੂੰ ਇੰਗਲਿਸ਼ ਵਿੱਚ ਕਹਿਣਾ ਹੋਏ ਤਾਂ ਆਪਾਂ ਕਹਾਂਗੇ ਆਫਟਰ ਯੂ। ਤੇ ਇਸ ਗੱਲ ਨੂੰ ਇੱਕ ਵਾਰ ਫਿਰ ਤੋਂ ਬੋਲ ਕੇ ਦੇਖ ਲੈਂਦੇ ਹਾਂ, ਤਾਂ ਤੁਸੀਂ ਬੋਲੋਗੇ ਆਫਟਰ ਯੂ। ਇੱਕ ਵਾਰ ਤੁਸੀਂ ਫਿਰ ਤੋਂ ਬੋਲੋ, ਜਿਵੇਂ ਮੰਨ ਲਓ ਕਿ ਤੁਸੀਂ ਇੱਥੇ ਬੈਠਣਾ ਹੈ ਚੇਅਰ ਦੇ ਉੱਪਰ, ਲੇਕਿਨ ਚੇਅਰ ਇੱਕ ਵਿਅਕਤੀ ਲੈ ਕੇ ਆ ਰਿਹਾ ਹੈ, ਲੇਕਿਨ ਇੱਕ ਪਹਿਲੇ ਪਈ ਹੋਈ ਹੈ, ਤੋ ਵਿਅਕਤੀ ਤੁਹਾਨੂੰ ਬੋਲ ਦਿੰਦਾ ਚਲੋ ਡਬਲ ਚੇਅਰ ਤੇ ਬੈਠੋ, ਤੁਸੀਂ ਕਹਿੰਦੇ ਨਹੀਂ ਮੈਂ ਬਾਅਦ ਵਿੱਚ ਬੈਠ ਜਾਂਗਾ, ਪਹਿਲੇ ਤੁਸੀਂ ਬੈਠੋ। ਤਾਂ ਤੁਸੀਂ ਕੀ ਬੋਲਣਾ ਹੈ? ਆਫਟਰ ਯੂ। ਆਫਟਰ ਯੂ ਮੀਨਸ ਕਿ ਆਪ ਪਹਿਲੇ ਬੈਠ ਜੇ। ਤੇ ਇੱਕ ਸਾਡੇ ਵਿੱਚ ਬੜਾ ਕਾਮਨ ਜਿਹਾ ਸ਼ਬਦ ਹੁੰਦਾ ਹੈ, ਤੁਸੀਂ ਦੇਖਿਆ ਹੋਏਗਾ, ਸੌਰੀ ਸੌਰੀ ਬੋਲ ਦਿੰਦੇ ਹਾਂ, ਮੀਨਸ ਸੌਰੀ ਉਦੋਂ ਬੋਲ ਦਿੰਦੇ ਹਾਂ ਜਦੋਂ ਤੁਹਾਨੂੰ ਜਾਣੇ ਅਣਜਾਣੇ ਵਿੱਚ ਲੱਗਦਾ ਹੈ ਕਿ ਮੈਂ ਕਿਸੇ ਵਿਅਕਤੀ ਨੂੰ ਡਿਸਟਰਬ ਕਰ ਦਿੱਤਾ ਹੈ, ਮੀਨਸ ਜਾਂ ਮੰਨ ਲਓ ਮੈਂ ਤੁਰਿਆ ਜਾ ਰਿਹਾ ਤੇ ਰਾਹ 'ਚ ਜਾਂਦੇ ਹਾਂ, ਕਿਸੇ ਦਾ ਹੱਥ ਵੱਜ ਗਿਆ ਕਿਸੇ ਨਾਲ, ਤੇ ਮੈਂ ਬੋਲ ਦਿੱਤਾ ਸੌਰੀ, ਕਿਆ ਬੋਲੂੰਗਾ? ਸੌਰੀ। ਜਾਂ ਫਿਰ ਮੰਨ ਲਓ ਕੋਈ ਵਿਅਕਤੀ ਲਿਖ ਰਿਹਾ ਹੈ ਤੇ ਮੈਂ ਅਚਾਨਕ ਆ ਕੇ ਬੈਠ ਗਿਆ ਹੈ, ਲੇਕਿਨ ਉਹ ਥੋੜ੍ਹਾ ਜਿਹਾ ਡਿਸਟਰਬ ਹੋ ਗਿਆ, ਉਹਨੂੰ ਲਿਖਣ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਆ ਗਈ ਹੈ, ਤੇ ਮੈਂ ਬੋਲ ਦਿੱਤਾ ਸੌਰੀ। ਤੇ ਮੀਨਸ ਇਹ ਸੌਰੀ ਸ਼ਬਦ ਹੁੰਦਾ ਹੈ, ਤੁਸੀਂ ਬੋਲਦੇ ਹੋ ਜਦੋਂ ਕਿਸੇ ਨੂੰ ਇਹ ਬੋਲਦਾ ਹੈ ਕਿ ਮੈਨੂੰ ਮਤਲਬ ਆਪਣੇ ਆਪ ਨੂੰ ਫੀਲ ਹੋ ਰਿਹਾ ਹੋਵੇ ਤੁਹਾਨੂੰ ਕਿ ਮੈਂ ਲੱਗਦਾ ਇਹਨੂੰ ਥੋੜ੍ਹਾ ਜਿਹਾ ਡਿਸਟਰਬ ਕਰ ਦਿੱਤਾ ਹੋਇਆ, ਤੇ ਆਪਾਂ ਬੋਲ ਦਿੰਦੇ ਹਾਂ ਸੌਰੀ। ਤੇ ਨੋਰਮਲੀ ਆ ਬੋਲਣ ਵਿੱਚ ਆਉਂਦਾ ਵੀ ਹੈ, ਲੇਕਿਨ ਇਹਨੂੰ ਬਹੁਤ ਜ਼ਿਆਦਾ ਤੁਸੀਂ ਵੀ ਯੂਜ਼ ਕਰ ਸਕਦੇ ਹੋ, ਕਿਉਂਕਿ ਬਹੁਤ ਵਧੀਆ ਗੱਲ ਹੈ ਕਿ ਜਦੋਂ ਕਿਸੇ ਨੂੰ ਆਪਾਂ ਬੋਲ ਦਿੰਦੇ ਹਾਂ ਸੌਰੀ। ਤੇ ਨੈਕਸਟ ਜਿਹੜਾ ਸ਼ਬਦ ਹੁੰਦਾ ਹੈ, ਉਹ ਤੁਸੀਂ ਕਾਫੀ ਟਾਈਮ ਬਹੁਤ ਸਾਰੇ ਲੋਕਾਂ ਦੇ ਮੂੰਹ ਵਿੱਚੋਂ ਸੁਣਿਆ ਹੋਏਗਾ, ਐਕਸਕਿਊਜ਼ ਮੀ, ਐਕਸਕਿਊਜ਼ ਮੀ। ਤੋ ਜੋ ਜਿਹੜਾ ਐਕਸਕਿਊਜ਼ ਮੀ ਸ਼ਬਦ ਹੁੰਦਾ ਹੈ, ਇਹਦਾ ਹੁੰਦਾ ਮਤਲਬ ਸਿੱਧਾ ਸਿੱਧਾ ਦੇਖਿਆ ਜਾਏ ਬੋਲ ਦਿੰਦੇ ਹਾਂ ਮਾਫ ਕੀਜੀਏਗਾ, ਮੀਨਸ ਮਾਫ ਕਰਿਓ, ਮਾਫ ਕਰਿਓ ਮੀਨਸ ਇਸ ਤਰੀਕੇ ਨਾਲ ਬੋਲਦੇ, ਜਿਵੇਂ ਮੰਨ ਲਓ ਤੁਸੀਂ ਰੂਮ ਵਿੱਚੋਂ ਬਾਹਰ ਜਾਣਾ ਹੈ ਕਮਰੇ ਵਿੱਚੋਂ, ਲੇਕਿਨ ਦਰਵਾਜ਼ੇ ਤੇ ਤਿੰਨ ਚਾਰ ਲੋਕ ਖੜੇ ਨੇ, ਲੇਕਿਨ ਉਹਨਾਂ ਜਦੋਂ ਤੁਸੀਂ ਜਾਣਾ ਹੈ ਤਾਂ ਉਹਨਾਂ ਨੇ ਥੋੜ੍ਹੇ ਜਿਹਾ ਡਿਸਟਰਬ ਹੋਣਾ ਹੈ, ਮੀਨਸ ਉਹਨਾਂ ਨੂੰ ਤੁਸੀਂ ਇਹ ਕਹਿਣਾ ਹੋਇਆ ਕਿ ਮੈਂ ਇੱਥੋਂ ਥੋੜ੍ਹਾ ਜਿਹਾ ਜਾਣਾ ਹੈ, ਤਾਂ ਤੁਸੀਂ ਮੈਨੂੰ ਥੋੜ੍ਹਾ ਜਿਹਾ ਰਾਹ ਦਿਓ, ਲੇਕਿਨ ਮੈਂ ਤੁਹਾਨੂੰ ਥੋੜ੍ਹਾ ਜਿਹਾ ਡਿਸਟਰਬ ਕਰ ਰਿਹਾ ਹਾਂ। ਲੇਕਿਨ ਜਦ ਦੇ ਸਮੇਂ ਤੁਸੀਂ ਇਹ ਨਹੀਂ ਕਹਿਣਾ ਕਿ ਤੁਸੀਂ ਪਰੇ ਹੋ ਜਾਓ, ਤੁਸੀਂ ਬੋਲੋਗੇ ਐਕਸਕਿਊਜ਼ ਮੀ, ਐਕਸਕਿਊਜ਼ ਮੀ। ਕੀ ਬੋਲਾਂਗੇ? ਐਕਸਕਿਊਜ਼ ਮੀ। ਲੇਕਿਨ ਕਈ ਵਾਰੀ ਦੇਖਿਆ ਹੋਏਗਾ ਤੁਸੀਂ, ਆਪਾਂ ਮਤਲਬ ਆਪਣੇ ਫਰੈਂਡਸ ਦੇ ਵਿੱਚ ਬੈਠੇ ਹੁੰਦੇ ਹਾਂ ਸਾਰੇ ਸਰਕਲ ਦੇ ਵਿੱਚ, ਲੇਕਿਨ ਅਚਾਨਕ ਤੁਹਾਨੂੰ ਉਹ ਸਾਰੀ ਗੱਲਬਾਤ ਨੂੰ ਛੱਡ ਕੇ ਜਾਣਾ ਹੁੰਦਾ ਹੈ, ਲੇਕਿਨ ਅਚਾਨਕ ਇੱਦਾਂ ਤਾਂ ਆਪਾਂ ਕਰ ਨਹੀਂ ਸਕਦੇ ਕਿ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਸਿੱਧਾ ਹੀ ਉੱਠਾਂਗੇ ਔਰ ਬਾਹਰ ਚਲੇ ਜਾਵਾਂਗੇ, ਇੱਦਾਂ ਨਹੀਂ ਹੋ ਸਕਦਾ। ਤੇ ਫਿਰ ਤੁਸੀਂ ਕੀ ਕਰਨਾ ਹੁੰਦਾ ਹੈ? ਤੁਸੀਂ ਵਿੱਚ ਥੋੜ੍ਹਾ ਜਿਹਾ ਉਹਨਾਂ ਨੂੰ ਬੋਲਣਾ ਹੁੰਦਾ ਹੈ, ਐਕਸਕਿਊਜ਼ ਮੀ, ਐਕਸਕਿਊਜ਼ ਮੀ, ਕਿ ਮੈਂ ਤੁਹਾਨੂੰ ਥੋੜ੍ਹਾ ਜਿਹਾ ਡਿਸਟਰਬ ਕਰ ਰਿਹਾ ਹਾਂ, ਕਿਉਂਕਿ ਮੈਂ ਇੱਥੋਂ ਤੁਹਾਡੀ ਕੰਪਨੀ ਛੱਡ ਕੇ ਥੋੜ੍ਹਾ ਜਿਹਾ ਜਾਣਾ ਹੈ, ਇੱਥੋਂ ਥੋੜ੍ਹਾ ਬਾਹਰ ਜਾਣਾ ਹੈ। ਮੀਨ ਇੱਦਾਂ ਕੋਈ ਵੀ ਤੁਹਾਨੂੰ ਜ਼ਰੂਰਤ ਪੈਂਦੀ ਹੈ, ਮੰਨ ਲਓ ਕੋਈ ਵਿਅਕਤੀ ਲਿਖ ਰਿਹਾ ਹੈ, ਤੁਹਾਨੂੰ ਪੈਨ ਮੰਗਣ ਦੀ ਜ਼ਰੂਰਤ ਪੈਂਦੀ ਹੈ, ਤੇ ਬਾਕੀ ਗੱਲਾਂ ਪੈਨ ਤੇ ਮੰਗਣ ਦੀ ਬਾਅਦ ਗੱਲ ਬਾਅਦ ਵਿੱਚ ਹੈ, ਲੇਕਿਨ ਸਭ ਤੋਂ ਪਹਿਲਾਂ ਤੁਸੀਂ ਬੋਲ ਦੇਣਾ ਐਕਸਕਿਊਜ਼ ਮੀ। ਮੀਨ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਗੱਲ ਪੁੱਛਣੀ ਹੋਵੇ ਜਾਂ ਫਿਰ ਕੋਈ ਵੀ ਗੱਲ ਕਹਿਣੀ ਹੈ, ਤੁਹਾਨੂੰ ਬੁਲਾਉਣਾ ਹੈ, ਬੁਲਾਉਣ ਤੋਂ ਪਹਿਲਾਂ ਆਪਾਂ ਬੋਲ ਦਿੰਦੇ ਹਾਂ ਐਕਸਕਿਊਜ਼ ਮੀ। ਮੀਨ ਵੈਸੇ ਆਪਾਂ ਗੱਲ ਕਰਾਂਗੇ ਪੰਜਾਬੀ ਵਿੱਚ, ਤੂੰ ਬੋਲ ਦਿੰਦੇ ਇੱਕ ਮਿੰਟ ਥੋੜ੍ਹੀ ਜਿਹੀ ਗੱਲ ਸੁਣਿਓ, ਜਾਂ ਫਿਰ ਥੋੜ੍ਹਾ ਜਿਹਾ ਮਤਲਬ ਥੋੜ੍ਹਾ ਜਿਹਾ ਮੈਨੂੰ ਜਗ੍ਹਾ ਦਿਓ, ਜਾਂ ਫਿਰ ਬੋਲ ਦਿੰਦੇ ਹਾਂ ਕਿ ਮਤਲਬ ਮਾਫ਼ ਕਰਿਓ, ਥੋੜ੍ਹਾ ਜਿਹਾ ਮੈਨੂੰ ਇੱਥੋਂ ਜਾ ਲੈਂਦੇ ਹੋ। ਤੇ ਆਪਾਂ ਅਗਰ ਇੰਗਲਿਸ਼ ਵਿੱਚ ਬੋਲਾਂਗੇ ਤਾਂ ਬੋਲਾਂਗੇ
एक्सक्यूज मी। तो नेक्स्ट जो शब्द आता है वो है वेल डन, वेल डन। तो वेल डन शब्द बहुत जगह पे यूज किया जाता है, जिवें तुसीं देखिया होगा कोई बच्चा बहुत वधिया तरीके नाल खेल रहा होवे या फिर उन्हों मतलब उदे मार्क्स बड़े अच्छे आ जाए एग्जाम विच, या फिर वो मतलब कोई भी काम बहुत वधिया तरीके नाल करदे। तो कई बार देखा गया छोटे छोटे बच्चे मतलब तुहाडे लई कोई ना कुछ खाने लई बना लेंगे ने, या फिर मान लो चाह ही तुहानू चाह बना के लिया देंगे ने, तो तुसीं कहना होए कि इह तां बड़ा वधिया कीता शाबाश। तो जो शाबाश हम कह दिंदे आ उहदे लई की हुंदा है, उहदी तुसीं कह दिंदे जे वेल डन। की कह दिंदे आ? वेल डन। वेल डन मीन कि पंजाबी कहांगे तो बोल दिंदे शाबाश, इंग्लिश कहांगे तो बोल दिंदे आ वेल डन। लेकिन फर्क बस इन्ना रह जाता है कि जो तुम वेल डन बोल देंगे यदा मतलब यह होंगे कि तुम्हें कि बोलिया इंग्लिश लैंग्वेज बोली हुई है, शाबाश बोलेंगे तो बोल देंगे पंजाबी बोली। मीन मीनिंग सेम ही है, लेकिन वही वही चीज़ आ जाती है कि तुम्हें की किया है, एक पंजाबी से बोल देता है, एक बोल देता है इंग्लिश। तो जो तुम इंग्लिश बोलना है तो कोशिश करो बोलो वेल डन। क्या बोलेंगे? वेल डन। नैक्सट वर्ड है ब्यूटीफुल। ब्यूटीफुल मीनस जो आप किसी कहना है कि बहुत सुंदर या बहुत वधिया या बहुत अच्छे, तो असं यूज कर लें ब्यूटीफुल। मीन किसी सुंदर ही कह लगे नहीं ब्यूटीफुल यूज करते, वैसे भी कह सकते हैं जिमें तुम कोई गल बड़ी वधिया लगी तो बोल दो ब्यूटीफुल। तो नैक्सट वर्ड है डन वंडरफुल। मीनस जो किसी कहना हो कमाल करता तो तुम कह सकते जी डन वंडरफुल। मीनस मान लो किसी ने रेस में हिस्सा लिया है, तुम लगता है कि मतलब इन्ना ज्यादा एक्टिव नहीं है, स्मार्ट नहीं है, लेकिन वो फिर भी रेस जित जाता है, तो तुम कहते जी बई तुम तो बड़ा कमाल करता, तो बोल सकते हो तुम डन वंडरफुल। या फिर कोई बच्चा खाना बड़ा वधिया बना दिंदा है तो तुम वह खाते जी तो तुम कहते जी बई ये तो तुम बड़ा कमाल करता, तो बोले बोलेंगे डन वंडरफुल। मीन जो कोई व्यक्ति बहुत ही वधिया काम करता है तो तुम कहना हो कि भाई तू तो कमाल करता, तो बोल दो फिर डन वंडरफुल। एक एक बार फिर तो तुम प्रैक्टिस कर लियो डन वंडरफुल। ये कहने की आदत तुम बार 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 बोलोगे तो फिर तुम आदत पै जाएगी। मीन वैसे ही बोलना होंगे कि भाई तुम तो कमाल करता, यही जगह से तुम बोल देना है डन वंडरफुल। नैक्सट वर्ड है थैंक गॉड। थैंक गॉड मीन्स भगवान का शुक्र है, मीन्स रब का शुक्र है। तो यह गल तुम कह सकते जो मान लो तुम कोई पूछ लेंदा है कि भाई किवें हो अजकल ठीक ठाक हो, तो बोलो थैंक गॉड। या फिर मान लो कि जिवें तुम कोई पूछ लेंदा है कि हाउ आर यू, मीन्स तुम किवें हो, तो आप बोलते हो थैंक गॉड आई एम फाइन, मीन्स रब का शुक्र है कि मैं ठीक हूँ। कई बार की होंगे कि मान लो कई बार अचानक एक्सीडेंट हो जाता है, लेकिन बिल्कुल आप ठीक ठीक होंगे हो, कोई लोग आके तुम पूछते हैं भाई कोई सर्च नहीं लगी की होया, कोई नुकसान नहीं होया, तो तुम बोलते हो थैंक गॉड मीन्स मैं तो ठीक है। तो मीन जो बोलना हो कि रब का शुक्र है तो आप बोलते हो थैंक गॉड। तो जिन्हें थैंक गॉड तो होंगे कि भगवान का शुक्र है, मीन्स रब का शुक्र है। लेकिन कई बार कोई तुम पूछ लेंदा है कि भी थोड़ा अजकल मीन्स बिजनेस कि चल रहा है, या फिर मीन्स फसल किमें है, सारा कुछ किमें चल रहा है घर का, तो तुम कहते कि मतलब वाहेगुरु की मेहर बड़ा वधिया चल रहा है, तो उदो आप कहना हो तो आप कहने बाय गॉड्स ग्रेस। की कहोंगे? बाय गॉड्स ग्रेस मीन्स वाहेगुरु की मेहर बड़ा वधिया चल रहा है। तो नैक्सट है गॉड ब्लैस यू। गॉड ब्लैस यू आप बोलते हैं जो किसी कहना हो कि परमात्मा थोड़े उत्ते मेहर का हाथ रखे, या परमात्मा थोड़े उत्ते कृपा करे, तो आप बोल देने गॉड ब्लैस यू। या फिर कई बार तुम देखा होगा ना जे मतलब कई बार छोटे बच्चे होंगे ने मतलब पैरों में हाथ लगाते हैं इदा करके नीचे होके, तो फिर तुम उत्तों उन्होंने मतलब आशीर्वाद देना हो मतलब इंग्लिश में बोलो उन्होंने बोलो गॉड ब्लैस यू। की बोलेंगे? गॉड ब्लैस यू। गॉड ब्लैस यू थो कहना होंगे है जो तुम कहना है कि परमात्मा थोड़े उत्ते मेहर का हाथ रखे, तो बोल देना है गॉड ब्लैस यू। नैक्सट वर्ड है एक्सीलेंट। एक्सीलेंट तो एक्सीलेंट आप कहने जो किसी कहना है बहुत अच्छे मतलब बहुत वधिया, तो आप बोल दें एक्सीलेंट। ये हम थोड़े से डिपेंड करता है कि तुम इन किमें बोलना है, कि जो तुम किसी कहना है कि बड़ा वधिया है तो तुम बोल देंगे जी एक्सीलेंट। तो नैक्सट वर्ड हैगा है अ मैटर ऑफ ग्रेट सोरो। अ मैटर ऑफ ग्रेट सोरो।
ਇਹ ਸ਼ਬਦ ਆਪਾਂ ਉਦੋਂ ਬੋਲਦੇ ਹਾਂ, ਸੈਂਟੈਂਸ ਉਦੋਂ ਬੋਲਦੇ ਹਾਂ ਜਦੋਂ ਕਿਸੇ ਨੂੰ ਕਹਿਣਾ ਹੈ ਕਿ ਇਹ ਬੜੇ ਦੁੱਖ ਦੀ ਗੱਲ ਹੈ, ਮੀਨਸ ਬੜੇ ਦੁੱਖ ਦੀ ਗੱਲ ਹੈ, ਤਾਂ ਤੁਸੀਂ ਬੋਲੋਗੇ ਅ ਮੈਟਰ ਆਫ ਗ੍ਰੇਟ ਸੋਰੋ। ਅਤੇ ਇਹਦੇ ਲਈ ਆਪਾਂ ਕਦੋਂ ਬੋਲਦੇ ਹਾਂ, ਮੰਨ ਲਓ ਕੋਈ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਬੋਲਦੇ ਹੋ ਕਿ ਮਤਲਬ ਬੜੀ ਦੁੱਖ ਦੀ ਗੱਲ ਹੈ ਕਿ ਉਹ ਜਿਹੜਾ ਵਿਅਕਤੀ ਸੀਗਾ ਉਹ ਬੰਦਾ ਸੀਗਾ ਉਹਦਾ ਐਕਸੀਡੈਂਟ ਹੋ ਗਿਆ ਹੈ। ਅਤੇ ਪਹਿਲਾਂ ਦੱਸਣ ਤੋਂ ਪਹਿਲਾਂ ਬੋਲਦੇ ਕਿ ਨਹੀਂ ਇਹ ਤਾਂ ਬੜੀ ਮਤਲਬ ਦੁੱਖ ਦੀ ਗੱਲ ਹੈ ਯਾਰ ਜਿਹੜੇ ਤੁਹਾਨੂੰ ਦੱਸਣ ਲੱਗਾ ਹੈ, ਮੈਟਰ ਆਫ ਗ੍ਰੇਟ ਸੋਰੋ। ਜਾਂ ਫਿਰ ਜਿਵੇਂ ਮੌਸਮ ਚੇਂਜ ਹੋ ਰਿਹਾ ਤਾਂ ਲੋਕ ਬਿਮਾਰ ਹੋ ਰਹੇ ਨੇ, ਤੁਸੀਂ ਬੋਲ ਦਿੰਦੇ ਜੇ ਕਿ ਮੌਸਮ ਤਾਂ ਚੇਂਜ ਹੋ ਰਿਹਾ ਹੈ ਲੇਕਿਨ ਮਤਲਬ ਬੜੀ ਦੁੱਖ ਦੀ ਗੱਲ ਹੈ ਕਿ ਲੋਕ ਬਿਮਾਰ ਹੋ ਰਹੇ ਨੇ, ਤੁਸੀਂ ਬੋਲੋਗੇ ਅ ਮੈਟਰ ਆਫ ਗ੍ਰੇਟ ਸੋਰੋ, ਲੋਕ ਬੜੇ ਬਿਮਾਰ ਹੋ ਰਹੇ ਨੇ। ਅਤੇ ਨੈਕਸਟ ਸ਼ਬਦ ਹੈਗਾ ਹੈ ਮਾਈ ਗੁੱਡਨੈਸ, ਮਾਈ ਗੁੱਡਨੈਸ। ਜਿਵੇਂ ਮੰਨ ਲਓ ਤੁਹਾਨੂੰ ਕਈ ਵਾਰੀ ਪਤਾ ਵੀ ਹੁੰਦਾ ਹੈ ਕਿ ਖੇਤਾਂ ਨੂੰ ਪਾਣੀ ਲਗਾਉਣਾ ਹੈ ਲੇਕਿਨ ਅੱਜ ਮੀਨਜ਼ ਕਰੰਟ ਨਹੀਂ ਆਉਣਾ, ਇਲੈਕਟ੍ਰੀਸਿਟੀ ਨਹੀਂ ਆਏਗੀ, ਲੇਕਿਨ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਮੈਂ ਪਾਣੀ ਲਗਾਉਣਾ ਹੀ ਲਗਾਉਣਾ ਹੈ। ਅਤੇ ਫਿਰ ਕੀ ਹੋ ਜਾਂਦਾ ਹੈ, ਫਿਰ ਲਾਈਟ ਤਾਂ ਤੁਹਾਨੂੰ ਪਤਾ ਕਿ ਆਉਣੀ ਨਹੀਂ ਹੈ ਲੇਕਿਨ ਅਚਾਨਕ ਲਾਈਟ ਆ ਜਾਂਦੀ ਹੈ। ਅਤੇ ਫਿਰ ਆਪਾਂ ਕਈ ਬੋਲਦੇ ਮਤਲਬ ਹੇ ਪ੍ਰਭੂ, ਮਤਲਬ ਅਚਾਨਕ ਹੈਰਾਨ ਜਿਹੇ ਹੋਣ ਵਾਲੀ ਇਹ ਗੱਲ ਹੈ ਜਦੋਂ ਤੁਸੀਂ ਹੈਰਾਨ ਜਿਹਾ ਹੋ ਕੇ ਕਹਿੰਦੇ ਮਤਲਬ ਕਿ ਹੇ ਪ੍ਰਭੂ ਮਤਲਬ ਇਹ ਲਾਈਟ ਆ ਗਈ ਹੈ, ਮੀਨ ਆਣੀ ਤਾਂ ਨਹੀਂ ਸੀ ਲੇਕਿਨ ਆ ਗਈ ਹੈ। ਤੁਸੀਂ ਅਚਾਨਕ ਅਸੀਂ ਬੋਲਣਾ ਹੋਵੇ ਤਾਂ ਆਪਾਂ ਬੋਲ ਦਿੰਦੇ ਹਾਂ ਮਾਏ ਗੁੱਡਨੈਸ, ਕੀ ਬੋਲਾਂਗੇ ਮਾਏ ਗੁੱਡਨੈਸ। ਲੇਕਿਨ ਅਚਾਨਕ ਤੁਹਾਨੂੰ ਹਨੇਰਾ ਹੋ ਜਾਂਦਾ ਹੈ ਅਤੇ ਤੁਸੀਂ ਕਿਤੋਂ ਆ ਰਹੇ ਹੁੰਦੇ ਜੇ, ਲੇਕਿਨ ਅਚਾਨਕ ਤੁਹਾਨੂੰ ਪਤਾ ਵੀ ਹੈ ਕਿ ਮੈਨੂੰ ਮਿਲਣ ਵਾਲਾ ਕੋਈ ਨਹੀਂ ਹੈ ਰਸਤੇ ਵਿੱਚ, ਮੈਨੂੰ ਪੈਦਲ ਹੀ ਜਾਣਾ ਪੈਣਾ ਹੈ। ਲੇਕਿਨ ਅਚਾਨਕ ਪਿੱਛੋਂ ਤੁਹਾਡਾ ਇੱਕ ਫਰੈਂਡ ਆ ਜਾਂਦਾ, ਉਹ ਤੁਹਾਨੂੰ ਕਹਿ ਦਿੰਦਾ ਹੈ ਚਲੋ ਲਿਆਓ ਤੁਹਾਨੂੰ ਮੈਂ ਛੱਡ ਆਉਂਦਾ ਹੈ ਤੁਹਾਡੇ ਘਰ। ਅਤੇ ਫਿਰ ਮਤਲਬ ਅਚਾਨਕ ਹੈਰਾਨੀ ਵਾਲੀ ਗੱਲ ਹੈ ਕਿ ਤੁਹਾਨੂੰ ਲੱਗਦਾ ਕਿ ਆਉਣਾ ਤਾਂ ਕਿਸੇ ਨੇ ਨਹੀਂ ਲੇਕਿਨ ਅਚਾਨਕ ਉਹ ਆ ਕੇ ਕਹਿੰਦਾ ਹੈ ਕਿ ਲਿਆਓ ਤੁਹਾਨੂੰ ਮੈਂ ਘਰ ਤੁਹਾਡੇ ਛੱਡ ਆਉਂਦਾ ਹੈ। ਅਤੇ ਮਨ ਵਿੱਚ ਇੱਕ ਗੱਲ ਆਉਂਦੀ ਹੈ ਮਾਏ ਗੁੱਡਨੈਸ, ਮੀਨ ਇਹ ਪ੍ਰਭੂ ਮਤਲਬ ਤੁਸੀਂ ਤਾਂ ਮਤਲਬ ਚਮਤਕਾਰ ਕਰ ਦਿੱਤਾ, ਮੈਂ ਤਾਂ ਬੜੀ ਵਧੀਆ ਤਰੀਕੇ ਨਾਲ ਜਦੋਂ ਬੋਲਦਾ ਹੈਰਾਨੀ ਦੇ ਨਾਲ ਤੁਸੀਂ ਬੋਲ ਲਿਜੇ ਮਾਏ ਗੁੱਡਨੈਸ। ਸੋ ਨੈਕਸਟ ਵਰਡ ਹੈ ਹਾਓ ਡੇਅਰ ਯੂ, ਕੀ ਬੋਲਾਂਗੇ ਹਾਓ ਡੇਅਰ ਯੂ, ਹਾਓ ਡੇਅਰ ਯੂ। ਹਾਓ ਡੇਅਰ ਯੂ ਹੁੰਦਾ ਹੈ ਜਦੋਂ ਤੁਸੀਂ ਕਿਸੇ ਨੂੰ ਕਹਿਣਾ ਹੋਏ ਤੁਹਾਡੀ ਹਿੰਮਤ ਕਿੱਦਾਂ ਪਈ, ਅਤੇ ਜਦੋਂ ਵੀ ਤੁਸੀਂ ਕਿਸੇ ਬੰਦੇ ਨੂੰ ਇਹ ਕਹਿਣਾ ਹੋਏ ਕਿ ਤੁਹਾਡੀ ਮਤਲਬ ਇਹ ਕੰਮ ਕਰਨ ਦੀ ਜਾਂ ਇਹ ਕਹਿਣ ਦੀ ਹਿੰਮਤ ਕਿੱਦਾਂ ਪਈ, ਤਾਂ ਤੁਸੀਂ ਕਹਿਣਾ ਹੁੰਦਾ ਹੈ ਹਾਓ ਡੇਅਰ ਯੂ, ਕੀ ਬੋਲਾਂਗੇ ਹਾਓ ਡੇਅਰ ਯੂ। ਜਿਵੇਂ ਤੁਸੀਂ ਮੰਨ ਲਓ ਆਪਣਾ ਸੈੱਲਫੋਨ ਚਾਰਜ 'ਤੇ ਲਗਾਇਆ ਹੋਇਆ ਹੈ ਲੇਕਿਨ ਅਚਾਨਕ ਕੋਈ ਆ ਕੇ ਤੁਹਾਡਾ ਸੈੱਲਫੋਨ ਯੂਜ਼ ਕਰਨ ਲੱਗ ਜਾਂਦਾ ਹੈ ਲੇਕਿਨ ਤੁਸੀਂ ਆਪਣਾ ਸੈੱਲਫੋਨ ਕਿਸੇ ਨੂੰ ਯੂਜ਼ ਨਹੀਂ ਕਰ ਦਿੰਦੇ, ਤਾਂ ਤੁਸੀਂ ਉਹਨੂੰ ਕਹਿਣਾ ਹੋਏ ਮਤਲਬ ਤੇਰੀ ਹਿੰਮਤ ਕਿੱਦਾਂ ਪਈ ਕਿ ਇਹ ਮੇਰਾ ਸੈੱਲਫੋਨ ਫੜਨ ਦੀ ਜਾਂ ਫਿਰ ਸੈੱਲਫੋਨ ਯੂਜ਼ ਕਰਨ ਦੀ, ਤਾਂ ਤੁਸੀਂ ਬੋਲੋਗੇ ਹਾਓ ਡੇਅਰ ਯੂ। ਇਹ ਤਾਂ ਐਗਜ਼ਾਮਪਲ ਦਿੱਤੀ ਹੈ ਤੁਹਾਨੂੰ, ਤੁਹਾਨੂੰ ਕਿਤੇ ਵੀ ਲੱਗਦਾ ਹੈ ਕਿ ਜਦੋਂ ਵੀ ਕਿਸੇ ਨੂੰ ਕਹਿਣਾ ਹੋਏ ਕਿ ਇਹ ਮਤਲਬ ਇੰਨੀ ਹਿੰਮਤ ਕਿੱਦਾਂ ਪਈ ਤੇਰੀ, ਤਾਂ ਤੁਸੀਂ ਬੋਲ ਸਕਦੇ ਜੇ ਹਾਓ ਡੇਅਰ ਯੂ, ਕੀ ਬੋਲਾਂਗੇ ਹਾਓ ਡੇਅਰ ਯੂ। ਨੈਕਸਟ ਵਰਡ ਹੈਗਾ ਹੈ ਹਰੀਅਪ, ਜਾਂ ਫਿਰ ਬੋਲਦੇ ਤੇ ਹਰੀਅਪ ਪਲੀਜ਼, ਜਦੋਂ ਕਿਸੇ ਨੂੰ ਕਹਿਣਾ ਹੈ ਨਾ ਫਟਾਫਟ ਕਰੋ ਜਲਦੀ ਕਰੋ ਜਲਦੀ ਕਰੋ, ਤਾਂ ਤੁਸੀਂ ਬੋਲਦੇ ਹੋ ਹਰੀਅਪ, ਕੀ ਬੋਲਾਂਗੇ ਹਰੀਅਪ, ਔਰ ਨਾਲ ਅਸੀਂ ਲਗਾ ਦਿੰਦੇ ਹਾਂ ਪਲੀਜ਼ ਹਰੀਅਪ ਪਲੀਜ਼। ਮੰਨ ਲਓ ਤੁਸੀਂ ਕਿਤੇ ਜਾਣਾ ਹੈ ਲੇਕਿਨ ਤੁਸੀਂ ਲੇਟ ਹੋ ਰਹੇ ਹੋ ਲੇਕਿਨ ਇੱਕ ਵਿਅਕਤੀ ਤੁਹਾਨੂੰ ਲੇਟ ਕਰੀ ਜਾ ਰਿਹਾ, ਉਸਨੂੰ ਬੋਲੋ ਹਰੀਅਪ, ਹਰੀਅਪ ਮੀਨਸ ਫਟਾਫਟ ਕਰੋ ਜਲਦੀ ਕਰੋ ਜਲਦੀ ਕਰੋ ਹਰੀਅਪ, ਕੀ ਬੋਲਾਂਗੇ ਹਰੀਅਪ। ਨੈਕਸਟ ਵਰਡ ਹੈ ਜਦੋਂ ਤੁਸੀਂ ਕਹਿਣਾ ਹੋਏ ਕਿ ਮਤਲਬ ਕਿੰਨਾ ਭਿਆਨਕ ਆ, ਹਾਓ ਟੈਰੀਬਲ, ਮੀਨਸ ਜਦੋਂ ਕਿ ਤੁਹਾਡੇ ਮੂੰਹੋਂ ਇਹ ਗੱਲ ਨਿਕਲੇ ਕਿ ਇਹ ਤਾਂ ਬਹੁਤ ਬੜਾ ਭਿਆਨਕ ਹੈ, ਤੁਸੀਂ ਕਹਿ ਸਕਦੇ ਜੀ ਹਾਓ ਟੈਰੀਬਲ, ਹਾਓ ਟੈਰੀਬਲ। ਜਾਂ ਫਿਰ ਮੰਨ ਲਓ ਕਿ ਕਈ ਵਾਰੀ ਤੁਸੀਂ ਕਿਤੇ ਜਾ ਰਹੇ ਹੁੰਦੇ ਜੇ ਰੋਡ ਵਿੱਚ ਕੋਈ ਐਕਸੀਡੈਂਟ ਹੋ ਜਾਂਦਾ ਹੈ ਅਤੇ ਤੁਸੀਂ ਦੇਖਦੇ ਹੋ ਤਾਂ ਤੁਸੀਂ ਬੋਲਦੇ ਹੋ ਮਤਲਬ ਬਹੁਤ ਭਿਆਨਕ ਐਕਸੀਡੈਂਟ ਹੈ, ਤੁਸੀਂ ਫਿਰ ਉਦੋਂ ਬੋਲ ਸਕਦੇ ਜੇ ਹਾਓ ਟੈਰੀਬਲ, ਕੀ ਬੋਲਾਂਗੇ ਆਪਾਂ ਹਾਓ ਟੈਰੀਬਲ। ਜਿਵੇਂ ਕਈ ਵਾਰੀ ਤੂਫਾਨ ਆ ਜਾਂਦਾ ਬਹੁਤ ਜ਼ਿਆਦਾ ਤੇਜ਼, ਜਾਂ ਫਿਰ ਕੋਈ ਮਤਲਬ ਕੋਈ ਮੂਵੀ ਦੇਖ ਰਹੇ ਹੁੰਦੇ ਜੇ ਤੁਸੀਂ ਕੋਈ, ਤੁਹਾਨੂੰ ਲੱਗਦਾ ਹੈ ਮਤਲਬ ਬੜੀ 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 ਭਿਆਨਕ ਮੂਵੀ ਹੈ, ਤਾਂ ਤੁਸੀਂ ਬੋਲ ਸਕਦੇ ਜੇ ਹਾਓ ਟੈਰੀਬਲ, ਮੀਨਸ ਜਦੋਂ ਤੁਸੀਂ ਬੋਲਣਾ ਹੈ ਕਿੰਨਾ ਭਿਆਨਕ ਹੈ, ਇਹ ਗੱਲ ਨੂੰ ਤੁਸੀਂ ਇੰਗਲਿਸ਼ ਵਿੱਚ ਬੋਲਣਾ ਹੋਵੇ ਤੁਸੀਂ ਬੋਲੋਗੇ ਹਾਓ ਟੈਰੀਬਲ। ਸੋ ਨੈਕਸਟ ਵਰਡ ਹੈ ਹਾਓ ਡਿਸਗ੍ਰੇਸਫੁਲ, ਹਾਓ ਡਿਸਗ੍ਰੇਸਫੁਲ, ਕੀ ਬੋਲਾਂਗੇ ਇਹਨੂੰ ਹਾਓ ਡਿਸਗ੍ਰੇਸਫੁਲ। ਹਾਓ ਡਿਸਗ੍ਰੇਸਫੁਲ ਹੁੰਦਾ ਹੈ ਕਿ ਕਿੰਨੀ ਬੇਇੱਜ਼ਤੀ ਵਾਲੀ ਗੱਲ ਹੈ, ਕੋਈ ਵੀ ਗੱਲ ਹੋ ਸਕਦੀ ਹੈ, ਮੀਨਸ ਤੁਹਾਨੂੰ ਕੋਈ ਲੱਗਦਾ ਹੋਵੇ ਕਿ ਨਹੀਂ ਮਤਲਬ ਇਹ ਤਾਂ ਬੜੀ ਮਤਲਬ ਬੇਇੱਜ਼ਤੀ ਵਾਲੀ ਗੱਲ ਹੈ, ਤਾਂ ਤੁਸੀਂ ਕਹਿਣਾ ਹੋਵੇ ਕਿ ਬਹੁਤ ਜ਼ਿਆਦਾ ਬੇਇੱਜ਼ਤੀ ਵਾਲੀ ਗੱਲ ਹੈ ਬਈ, ਤੁਸੀਂ ਬੋਲੋਗੇ ਹਾਓ ਡਿਸਗ੍ਰੇਸਫੁਲ। ਜਿਵੇਂ ਤੁਸੀਂ ਦੇਖਿਆ ਹੋਏਗਾ ਇੱਕ ਛੋਟਾ ਜਿਹਾ ਬੱਚਾ ਹੈ, ਉਹ ਬਚਪਨ ਤੋਂ ਹੀ ਇੱਕ ਕੋਨਵੈਂਟ ਸਕੂਲ ਵਿੱਚ ਇੰਗਲਿਸ਼ ਮੀਡੀਅਮ ਸਕੂਲ ਵਿੱਚ ਪੜ੍ਹ ਰਿਹਾ ਹੈ,
और काफी मतलब वड्डा हो गया है, लेकिन फिर भी ओदे नाल कोई इंग्लिश विच गल करदा है, तूने इंग्लिश नहीं आंदी, तो पेरेंट्स नु तो फिर वो बिल्कुल उन्होंने बोलना पड़ेगा कि मतलब कितनी बेइज्जती वाली गल है कि बचपन तो ही बच्चे नु कॉन्वेंट स्कूल विच पढ़ाया जा रहा है, लेकिन हाले तक भी वो बच्चा चंगी तरह इंग्लिश नहीं बोल रहा, तो फिर बोलते हैं हाउ डिसग्रेसफुल, नाल बहुत सारिया गल्लां भी सुनांदे ने, नाल ये भी गल कहंदे ने हाउ डिसग्रेसफुल, की कहंदे ने हाउ डिसग्रेसफुल, मीन जदों तुसीं कहना है कि कितनी बेइज्जती वाली गल है, तो आप तुसीं बोल सकते जी हाउ डिसग्रेसफुल। सो नेक्स्ट वर्ड है हाउ एब्सर्ड, हाउ एब्सर्ड, हाउ एब्सर्ड, हाउ एब्सर्ड होंदा है जदों तुसीं किसी नूं कहना है कि मतलब किन्नी फजूल जी गल कीती है, जो तुम लगे ना कि बड़ी मतलब बड़ी फजूल जी गल है, तो तुसीं बोल दिंदे जी हाउ एब्सर्ड। मीन्स फॉर एग्जाम्पल, एग्जाम्पल के तौर पर आप गल कर लेने, जिवें मान लो तुहानूं कोई व्यक्ति कहता है कि साढ़े ना पिंड एक बाबा है, वह ना मंत्र दिंदा है, तो उहदे नाल इंग्लिश बोलनी आ जाती है, तो किन्नी मतलब देखने कि गल है कि तुसीं उहदे मतलब इंग्लिश आ जाती है, मेहनत करो तो इंग्लिश आ जाती है, आ कि गल हुई कि बाबा मंत्र देगा और मंत्र में इंग्लिश आ जाएगी, तो तुसीं उहनूं फिर कहिंदे जी हाउ एब्सर्ड, की बोलोगे हाउ एब्सर्ड, हाउ एब्सर्ड मीन्स कि किन्नी फजूल जी गल है, मतलब कोई बिना बिना मतलब दी मतलब कोई मतलब ही नहीं है गल दा हैगा, कि मतलब कोई फजूल जी गल है कि बाबा मंत्र देगा तो इंग्लिश आ जाएगी, इंग्लिश आ जाएगी उहदे की करना होंदा तुसीं प्रैक्टिस करनी होंदी है, जिवें ये सारे वर्ड मैं तुहानूं दस्से होए ने ये तुसीं करने बार बार इन्हां नूं बोल के प्रैक्टिस करनी है, अपनी फैमिली नाल प्रैक्टिस कर सकते जी, अपने फ्रेंड्स दे विच प्रैक्टिस कर सकते जी, लेकिन जिवें तुहाडा ओह फ्रेंड कहिंदा है कि इदां इंग्लिश आ जाएगी, तुसीं कहिंदे नहीं जे हाउ एब्सर्ड, की बोलोगे तुसीं हाउ एब्सर्ड, मीन्स क्यों, वैसे तुसीं कहना सी किन्नी फजूल दी गल है बई, लेकिन तुसीं बोल दिता हाउ एब्सर्ड, तो इहदे लई तुसीं की करना होंदा, तुसीं देखना होंदा है कि जिथे जिथे ये वर्ड्स जो सेंटेंस ने फिट आंदे ने तुसीं उत्थे बोल देने होंदे ने। So, next word है how sweet, how sweet, how sweet होंदा है मतलब क्या खूब, मीन बहुत अच्छे, जिवें तुहाडा फ्रेंड ही तुहानूं आण के कहिंदा है कि मैं कार नवीं लै ली है, तो तुसीं कह सकदे मतलब बड़ा वधिया है, तो फिर बोल सकते नाल बोल देने कि मतलब ये बहुत अच्छा है, तो बोल देते हाउ स्वीट, क्या की बोलेंगे हाउ स्वीट, भी जो तुसीं किसी नूं कहना होवे कि बहुत वधिया है तो तुसीं बोल देंदे जी हाउ स्वीट, तो ये जिन्हें तुहानूं ये शब्द मैं दसे हुए ने, वर्ड्स दसे ने, सेंटेंस दसे हुए ने, तुसीं इन्हां दी की करनी हुण चंगी तरह प्रैक्टिस कर लेनी है, और वार बार इस वीडियो नूं देख लेना है, या पहले वाली जो वीडियो तुसीं नहीं देखी तो उन्होंने तुसीं देख लो, उस काफ़ी चीज़ां ने जिहड़ियां तुसीं सीख सकदे जी, लेकिन आह वीडियो तुहाडी स्पैशल पंजाबी विच बनाई हुई है कि तुहानूं सीखने विच बहुत ज़्यादा आसानी आ जाए, तो तुसीं हुण की करना है इस वीडियो नूं वार बार देख के चंगी तरह प्रैक्टिस कर लेनी है, तो नवीं वीडियो तां फिर तो तुहाडे नाल मिलदे हैं, टिल देन बाय।